ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਹੈ ਕਿ ਗਏ ਮਸਕਤ ਕਾਲ ਅਤੇ ਅਸੀਂ ਇਸ ਸੰਸਾਰ ਤੋਂ ਵੀ ਜਿਹੜਾ ਹੈ ਉਹ ਸੁਰਖਰੂ ਹੋ ਕੇ ਜਾਵਾਂਗੇ। ਅੱਜ ਸਮੁੱਚਾ ਸਿੱਖ ਜਗਤ ਸੰਸਾਰ ਭਰ ਦੇ ਅੰਦਰ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ। ਅੱਜ ਦੇ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸੱਚ ਦਾ ਔਰ ਧਰਮ ਦਾ ਪ੍ਰਚਾਰ ਕਰਨ ਵਾਸਤੇ ਜਿਹੜਾ ਸੀ ਉਹਨਾਂ ਨੇ ਬੀੜਾ ਚੱਕਿਆ ਔਰ ਉਹਨਾਂ ਦਾ ਸੰਦੇਸ਼ ਜਿਹੜਾ ਸੀ ਉਹ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ। ਅੱਜ 9 ਤੋਂ ਲੈ ਕੇ 12 ਵਜੇ ਤੀਕਰ ਜਲਾਓ ਜਿਹੜੇ ਆ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਔਰ ਇਸੇ ਤਰ੍ਹਾਂ ਬਾਬਾ ਅਟਲ ਰਾਏ ਜੀ ਦਾ ਜਿਹੜਾ ਗੁਰਦੁਆਰਾ ਹੈ ਉੱਥੇ ਜਲਾਓ ਸਜਣੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਜੀ। ਬਹੁਤ ਸੰਗਤਾਂ ਮਾਮਾ ਅੱਗੇ ਅੱਜ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ ਔਰ ਸਭ ਨੂੰ ਮੇਰੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਬੜਾ ਖੁਸ਼ੀ ਦਾ ਦਿਹਾੜਾ ਸਭ ਸਮੂਹ ਸਾਧ ਸੰਗਤ ਨੂੰ ਗੁਰੂ ਮਹਾਰਾਜ ਦੇ ਆਗਮਨ ਪੁਰਬ ਦੀਆਂ ਕੋਟ ਕੋਟਾਨ ਵਧਾਈਆਂ। ਪਰਮਾਤਮਾ ਸਭ ਨੂੰ ਬਹੁਤ ਬਹੁਤ ਖੁਸ਼ੀਆਂ ਬਖਸ਼ੇ। ਆਨੰਦ ਸਾਰ ਸਾਧ ਹੀ ਪਰ ਪੂਰਾ